ਉਮੀਦ ਤੋਂ ਵੱਧ ਕੇ ਤੁਸੀਂ ਕੀਮਤ ਦੇ ਸਕੇ। ਲਓ ਜੀ ਅਗਰ ਇਜਾਜ਼ਤ ਦਿਓ ਤਾਂ ਇਸ ਦੋਸ਼ੇ ਨੂੰ ਸਿੱਧੇ ਦੀ ਜਨਾਬ ਠੀਕ ਹੈ ਜੀ। ਆਵਾਜ਼ ਸ਼ਾਂਤ ਹੋ। ਮੈਂ ਪਹਿਲੇ ਆਖਿਆ ਮੇਰੀ ਜ਼ਾਤੀ ਦੀ ਅਦਬ ਦੀ, ਜਿਹੜੇ ਬੰਦੇ ਨੂੰ ਲਫ਼ਜ਼ਾਂ ਨਾਲ ਪਿਆਰ ਹੈ, ਅਦਬ ਦੀ ਜ਼ਾਤ ਨਾਲ ਪਿਆਰ ਹੈ, ਬੰਦਾ ਸਰ ਜਾਏ ਕਸੀਦਾ ਕਿਸੇ ਆਮ ਹਸਤੀ ਦਾ ਨਹੀਂ, ਉਹ ਹਸਤੀ ਜਿਹੜੀ ਹਿਜਾਬ ਖੁਦਾ ਜਿਹੜੀ ਉਮੇ ਅਬੀਆ ਆਲਮਾ ਮੇਰੇ ਮੌਲਮਾ ਕੇ ਜ਼ਿਕਰ ਹੈ ਹੁਸੈਨ ਬਾਦਸ਼ਾਹ ਦਾ। ਸਭ ਤੋਂ ਪਹਿਲੇ ਆਵਾਜ਼ ਪਾਕ ਮਖਦੂਮਤ ਹੋਣਾ ਚਾਹੀਦਾ ਜ਼ਾਕਰਾਂ ਨੇ ਉਲਮਾਵਾਂ ਨੇ ਸਭ ਨੇ ਸ਼ਾਨ ਬੜੀ ਮਖਦੂਮਤ ਦੀ ਆਪਣੇ ਰੰਗ ਵਿੱਚ। ਲੇਕਿਨ ਮੁਰਸ਼ੀ ਜਿਹੜਾ ਮੈਂ ਕਸੀਦਾ ਪੜ੍ਹੇ ਲੱਗਾ ਇਹ ਮੈਂਬਰ ਤੇ ਮੇਰਾ ਹੱਥ ਹੈ ਸਾਹਮਣੇ ਮੇਰੇ ਬਾਦਸ਼ਾਹ ਦਾ ਅਲਮ ਹੈ। ਮੇਰੀ ਜ਼ਾਕਰੀ ਨਾ ਇਸ ਤੋਂ ਵੱਡਾ ਕੋਈ ਕਸੀਦਾ ਹੈ, ਨਾ ਮੈਂ ਸੁਣਿਆ, ਨਾ ਮੈਂ ਪੜ੍ਹਿਆ, ਨਾ ਮੈਂ ਲਿਖੀਏ। ਜਿਹੜਾ ਪਾਕ ਮਖਦੂਮਾ ਪਾਕ ਅੱਛਾ ਚਲੋ ਯਾਰ ਬਹੁਤ ਕਮਾਲ ਦੀ ਮੈਨੂੰ ਸੱਤਰ ਦੀ ਕੀਮਤ ਦਿੱਤੀ ਉਠਵਾਲ ਨੇ, ਮੁਸ਼ਕਿਲ ਇੱਕ ਸੱਤਰ ਪੜ੍ਹ ਸਾਂ ਉਹ ਸੱਤਰ ਚੈੱਕ ਕਰ ਸਕੇ ਕਸੀਦਾ ਪੜ੍ਹਨਾ ਜਾਂ ਨਹੀਂ ਪੜ੍ਹਨਾ। ਅੱਲਾ ਜਿਸ ਜ਼ਾਤ ਦਾ ਆਸ਼ਿਕ ਹੋਵੇ ਉਹਨੂੰ ਮੁਹੰਮਦ ਆਖੇ। ਜਾਗੀ 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 ਅੱਲਾ ਜਿਸ ਜ਼ਾਤ ਦਾ ਆਸ਼ਿਕ ਹੋਵੇ, ਪਿਛਲੇ ਲਾਲੇ ਸਾਰਾ ਹੱਥ ਖੁੱਲੇ ਆਏ ਮੈਂ ਹੱਥ ਥੱਲੇ ਵੇਖਣਾ ਹੀ ਨਹੀਂ। ਅੱਲਾ ਜਿਸ ਜ਼ਾਤ ਦਾ ਆਸ਼ਿਕ ਹੋਵੇ ਉਹਨੂੰ ਮੁਹੰਮਦ ਆ ਦੇਣ, ਨਬੀਆਂ ਤੋਂ ਸੁਲਤਾਨ ਜਿਹਦੀ ਤਾਜ਼ੀਮ ਵਿੱਚ ਉੱਠੇ ਉਹਨੂੰ ਬਤੂਲ ਆ ਦੇਣ, ਉਹ ਛੱਡੀ ਮਾਂ ਦੇ ਪੁੱਤਰ ਤੋਂ ਮੁਕਾਬਲੇ ਕਰਨੇ ਬਤੂਲ ਜੈਸੀ ਬੀਬੀ ਜਿਹਦੀ ਜੁੱਤੀ ਜਾਵੇ ਉਹਨੂੰ ਅਲੀ ਆ ਦੇਣ। ਲਓ ਜੀ ਬਜ਼ੁਰਗਾਂ ਨੂੰ ਛੁੱਟੀ, ਬਜ਼ੁਰਗਾਂ ਨੂੰ ਨਜ਼ਰ ਹੈ ਗੱਲ ਮੇਰੀ ਜਵਾਨਾਂ ਨਾਲ ਮੁਰਸ਼ਿਦ ਇੱਕ ਹੀ ਗਲਾਬ ਕਹਿਣਾ ਕਰਦਾ ਜਿਹੜਾ ਪਾਕ ਮੁਹੰਮਦ ਦੀ ਬਾਰਗਾਹ ਚ ਹੱਥ ਬਣ ਕੇ ਤੁਹਾਡੇ ਵੀਰ ਨੇ ਅਦਾਦਾਰਾਂ ਦੇ ਨੌਕਰ ਨੇ ਅਰਜ਼ ਕੀਤੀ ਪੜੀ ਜੀ ਕਸੀਦਾ ਬਿਸਮਿਲ੍ਲਾਹ ਇੱਕ ਸਲਵਾਤ ਥੋੜੇ ਮੈਂ ਸੁਣ ਜੀ। ਮੈਂ ਤਾਂ ਅਕਸਰ ਕਿਸ ਤੋਂ ਜੀ ਕੀ ਸਲਵਾਤ ਪੜ੍ਹਨਾ ਪਤਾ ਸੀ
ये बीबी फिजा की अजमत का एक हवाला है, जहान पालने वालों को इसने पाला है। मखदूम अली कनीज मकाम से कड़ी गल कर रहे हैं। हाँ भाई क्या शरीयत पता ही नहीं। मैं एडा वड्डा शेर बना मुर्शिद तुहाडा पिंडाल सारी रात अली 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 करे, इन्हां दी दाद कम है, तुहाडे फिरा दी सत्तर वड्डी है। आ सच्चा शरीयत के बीबी नाल कीड़ी गल कीती है। हां भाई तू जो चाहती है वो मसीहत है, तू जो चाहती है वो मसीहत है, तेरा Thank you.
जिससे रोटी जहां ले रोटी मुझे माहौल जिन्नत बन गया माँ तो यार बड़ी मार्फत दी मैं मुझे थोड़ा मार्फत तो मन करा कसीदा मेरा।